दोस्तों तुसी देखते पे हो अपना देश पंजाब टीवी ते मैं तुहाडा मेज़बान मुहम्मद नदीम खरल। सब तो पहले अपने चैनल करो सबसक्राइब ते बैल आइकन दे बटन करो प्रेस के मेरी हर आने वाली अच्छी और बेहतरीन वीडियो तुहाडे तक पहुंचे। और तुसी वेखो सब तो पहले दोस्तों की खिदमत हमेशा अच्छे ते बेहतरीन जानवर तुहाडा वीर नदीम खरल लैके हाजिर हुंदा है। तुहाडे वास्ते दो पहलना झोटियां दी वीडियो लैके हाजिर होया। माशाल्लाह अल्लाह दे फज़ल नाल बहुत चंगीआं प्योर नीली बार दी जनाबे झोटियां ने अपना देश पंजाब टीवी दी ज़ीनत बनण वालीआं ने। और कैमरामैन तो तसली ना जुटी नंबर एक दिखाएगा फिर जुटी नंबर दो दिखाएगा और सारी गल्लां मालिक ने करेंगे जेडे भी मामलात ने। कैमरामैन साहब आप बिस्मिल्लाह करो जी जुटी दे ए जुटी नंबर एक है जी। ए मेरा कैमरामैन तुम दिखा रहा है सफेद चिट्टियां अखां ने दोनों निका निका सेरे काठां विच मोड़ी खड़ी है। अल्लाह दे खास फज़ल दे नाल तुसीं वेखदे पए हो मैं दी नसलजात जुटी दी बड़ी है बड़ी खूबसूरत है। अल्लाह दे खास फज़ल दे नाल प्योर नीली दी जनाबे झोटियां अपना देश पंजाब टीवी दी दिलत ने ये जना पहला सुआ सुई है। मैं दी नसल जात खुडा पुट्ठा खानदान और सारा कुछ अपना देश पंजाब टीवी दी दिलत है। तुहाडे वीर दी हमेशा एक अच्छी कोशिश है ये जनाब मैं दी नसल जात हड्डी और पूरा जरा मामलात ने तुहानू असीं दिखा रहे हैं थणा दी पूरी वंडा ने इस जनाब झोटी नूं। ये पहला सुआ जनाब है झोटी सूई है कल सूई है या अज सूई है की मामलात ने ये सारा कुछ तुहानू जनाब असीं दसांगे मालक तो पुछ के। और जनाब झोटी नूं एक या डेढ़ दिन होया सूई नूं या दो दिन हो गए ने ये सारा कुछ अपना देश पंजाब टीवी दी टीम जिहड़ी तुहाडे वास्ते हमेशा मेहनत करती है और तुहानू पुछ के दसेगी ये की मामलात ने ये मालक दसेगा सारिया सरगर्मियां जिहड़ियां वी ने। झोटी को माशाल्लाह ये जनाब कल दी सूई है मूंह दी सील सब बड़ी है ए तुसीं वेखदे पए जी ये जनाब अजे इन्हें जोश मर्जी बच्चे फाड़ दे दिते करमा वाली एड्डी है दिखा रहे ਇਹ ਜਨਾਬ ਨਿੱਕਾ ਬੱਚਾ ਮੋਹ ਨੇੜੇ ਉਸ ਮੂੰਹ ਪੜਦੇ ਖਲੋ ਰਿਹਾ ਸੀ ਆਪੇ ਪੜਦੇ ਖਲੋ ਰਹੇ ਨੇ ਜੀ ਮੂੰਹ ਇਹ ਮਾਸ਼ਾਅੱਲਾ ਐਡੇ ਚੰਗੇ ਨੀਲੀ ਬਾਰ ਦੇ ਮਹੀਨੇ ਇਹ ਜਨਾਬ ਕੈਮਰਾਮੈਨ ਸਾਹਿਬ ਆਓ ਜਰਾ ਇਹ ਵੱਧਰ ਅਜੇ ਇਹਨੇ ਚੱਕਣੇ ਨਹੀਂ ਜੀ ਪਿਛਾਂ ਨੂੰ ਅਜੇ ਇਹਨੇ ਚ ਇਹ ਵਾਣਾ ਭਰਨਾ ਹੈ ਅਜੇ ਜਨਾਬ ਇਹ ਜਾਪੇ ਚ ਖੜੀਏ ਇੱਕ ਜਾਂ ਦੋ ਦਿਨ ਦੀ ਸੂਈ ਹੈ ਪਿੱਛੇ ਦੇ ਕੱਟੀ ਕੈਮਰਾਮੈਨ ਸਾਹਿਬ ਜਰਾ ਪਿਛਲੇ ਪਾਸੇ ਕੱਟੀ ਵਿਖਾਓ ਇਹ ਜੀ ਕੱਟੀ ਇਹ ਜੀ ਕੱਟੀ ਹੈ ਬੜੀ ਆਲਾ ਕੁਆਲਿਟੀ ਤੁਸੀਂ ਵੇਖਦੇ ਪਏ ਹੋ ਅਸੀਂ ਬਾਈ ਜਾਫਰ ਨੂੰ ਪੁੱਛਨੇ ਆ ਬਾਈ ਜਾਫਰ ਨੂੰ ਕਿ ਬਾਈ ਜਾਫਰ ਦਾ ਕੀ ਹਿਸਾਬ ਕਿਤਾਬ ਹੈ ਤੇ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਮੈਂ ਵਿਖਾਵਾਂਗਾ ਫਿਰ ਉਹਦਾ ਵੀ ਹਿਸਾਬ ਤਾਂ ਪੁੱਛਾਂਗਾ ਆਓ ਜੀ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਹਾਂਜੀ ਜਸ ਬਾਈ ਕੀ ਹਾਲ ਨੇ ਠੀਕ ਠਾਕ ਸ਼ੁਕਰ ਜਸ ਬਾਈ ਜਿਹੜਾ ਝੋਟੀ ਦਿਖਾਈ ਹੈ ਜੀ ਜਨਾਬ ਇਹ ਝੋਟੀ ਦਾ ਕੀ ਹਿਸਾਬ ਕਿਤਾਬ ਹੈ ਕਿੰਨੇ ਦਿਨਾਂ ਦੀ ਸੂਈ ਹੈ ਇਹ ਸੁਬਾ ਕਿੰਨਾ ਹੈ ਤੇ ਬੋਲਾ ਕਿੰਨਾ ਹੈ ਤੇ ਕੀ ਮਾਮਲੇ ਨੇ ਇਹ ਪਹਿਲੇ ਨੇ ਜੀ ਪਹਿਲਾ ਸੁਬਾ ਸੂਈ ਹੈ ਅੱਛਾ ਇੱਕ ਕੱਟੀ ਹੈ ਅੱਛਾ ਇਹ ਤਰੀਆ ਦੇ ਆਈ ਸੂਈ ਨੂੰ ਤਰੀਆ ਦਿਨ ਸੂਈ ਜੀ ਤਰੀਆ ਦੇ ਸੂਈ ਹੁਣ ਬੋਲਾ ਚ ਕਿੰਨਾ ਦੁੱਧ ਕਰਦੀ ਜੀ ਦੁੱਧ ਕਰਦੀ ਪਈ ਹੈ ਪੱਕਾ 6 ਲੀਟਰ ਬੱਚੇ ਨੂੰ ਛੱਡ ਦੋ ਟਾਈਮਾਂ ਦਾ ਜੀ 6 ਲੀਟਰ ਨਹੀਂ ਡੰਗ ਦਾ ਡੰਗ ਦਾ ਡੰਗ ਦਾ 6 ਲੀਟਰ ਮਤਲਬ ਦੋ ਟਾਈਮਾਂ ਦਾ 12 ਕਿਲੋ ਕਿਲੋ ਕਰਦੀ ਪਈ ਦੋ ਟਾਈਮਾਂ ਦਾ 12 ਕਿਲੋ ਤੇ 6 ਕਿਲੋ ਕੋਈ ਬਰਾ ਲਵੇਗਾ ਪਚਵਾ ਦਿਸਾ ਚਾਰ ਚੁਆਈਆਂ ਲਵੇ ਦੇਵਣ ਨੂੰ ਤਿਆਰ ਅੱਛਾ ਹਾਂਜੀ ਸਵੇਰ ਸ਼ਾਮ ਦਾ 12 ਕਿਲੋ ਦੁੱਧ ਹੈ ਬੱਚੇ ਨੂੰ 11 ਤੋਂ ਪੱਕਾ ਹੀ ਹੈ ਨਾ ਠੰਡਾ 11 10 ਕਰ ਲੋ ਜਾਗ ਸਣੇ 12 ਲੀਟਰ ਜਾਗ ਸਣੇ 12 ਸਾਰਾ ਦੁੱਧ ਜਿਹੜਾ 12 ਹੈ ਕੱਟੇ ਨੂੰ ਛੱਡ ਕੇ ਇਹ ਕੱਟੀ ਨੂੰ ਮਗਰ ਛੱਡ ਕੇ ਮੁਹੱਬਤ ਪਿਆਰ ਵਾਲਾ ਮੁੱਲ ਮੁਹੱਬਤ ਪਿਆਰ ਇਹਦਾ ਕਰਤੇ ਮੰਗਣ ਦਾ ਬਾਵੇਂ ਦਾ 3.5 ਮੰਗ ਲਈ ਤਾਂ ਵੀ ਇਹਦੇ ਮੂੰਹ ਤੇ ਬੰਦਾ ਹੈ ਨਹੀਂ ਤਾਂ ਉਹਨੇ ਮੰਗ ਜਿੰਨਾ ਇਹਦੇ ਪੈਂਦਾ ਤੇ ਬਾਕੀ ਆਪਾਂ ਮਕੂਲ ਜੇ ਮੁੱਲ ਹੁੰਦੇ ਤੈਨੂੰ ਪਤਾ ਹੈ ਇਹਦਾ 270000 ਰੁਪਏ 270000 ਇਹਦੇ ਚ ਕੋਈ ਲਾੜ ਪਿਆਰ ਹੋ ਜਾਏਗਾ ਮੁੱਲ ਜਿਵੇਂ ਡਰਦੇ ਕੀਤਾ ਹੈ ਅੱਗੇ ਤੇਰੀ ਸ਼ਕਤੀ ਹੁੰਦੀ ਹੈ ਅੱਛਾ ਤੇ ਜੋਟੀ ਦਾ ਮੁੱਲ ਹੈ ਬਿਲਕੁਲ ਹੀ ਮਕੂਲ ਤੈਨੂੰ ਕੀਤਾ 270000 ਰੁਪਏ ਇਹਦੇ ਵਿੱਚ ਕੋਈ ਲਾੜ ਪਿਆਰ ਹੋ ਜਾਏਗਾ ਔਰ ਇਨਸ਼ਾਅੱਲਾ ਆਪਾਂ ਕਰਾਵਾਂਗੇ ਅੱਛਾ ਜੀ ਦੂਸਰੇ ਨੰਬਰ ਵਾਲੀ ਮੈਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਜਨਾਬ ਝੋਟੀ ਹੈ ਸਫੈਦ ਚਿੱਟੀਆਂ ਅੱਖਾਂ ਨੇ ਇਸ ਝੋਟੀ ਨੇ ਵੀ ਪਹਿਲਾ ਸੁਆਸ ਹੋਈ ਹੈ ਔਰ ਮਾਸ਼ਾਅੱਲਾ ਸਿੰਘ ਥੋੜੇ ਜਿਹਾ ਖੁੱਲੇ ਨੇ ਬਾਕੀ ਜਨਾਬ ਅੱਖੀ ਦੀ ਮਾਸ਼ਾਅੱਲਾ ਇਹਦੀ ਖੂਬਸੂਰਤੀ ਨੂੰ ਆਪ ਹੀ ਕੈਮਰੇ ਦੱਸ ਰਹੀ ਸਫੈਦ ਚਿੱਟੀ ਅੱਖ ਮਣ ਦੇ ਬਲਬ ਲੱਗੇ ਪਏ ਨੇ ਅੱਲਾ ਦੇ ਖਾਸ ਫਜ਼ਲ ਦੇ ਨਾਲ ਇਹ ਝੋਟੀ ਹੈ ਜੀ ਪਹਿਲਾ ਸੁਆ ਵੀ ਸੂਈ ਹੈ ਇਹਦੇ ਕੋ ਤਾਰਾਂ ਕਿੰਨੀਆਂ ਨੇ ਕੀ ਮਾਮਲਾਤ ਨੇ ਇਹ ਸਾਰਾ ਕੁਝ ਜਨਾਬ ਬਾਈ ਜਾ ਦੱਸਣਗੇ ਸਾਨੂੰ ਨਹੀਂ ਪਤਾ ਇਹਦਾ ਕੀ ਹਿਸਾਬ ਕਿਤਾਬ ਹੈ ਇਹ ਜਨਾਬ ਇਹ ਝੋਟੀ ਕੋ ਕੀ ਹਿਸਾਬ ਕਿਤਾਬ ਹੈ ਹਵਾਨੇ ਦੀ ਥਣਾ ਦੀ ਕੀ ਮਾਮਲੇ ਨੇ ਸਾਰਾ ਕੁਝ ਜਨਾਬ अपना देश पंजाब टीवी दी टीम भाई जाद ने पूछेगी झोटी माशाल्लाह पूरी है और बड़ी बेहतरीन है और जनाब छोटी है कोई मसला नहीं किसी किस्म का ए दे पीछे कटया जी छड़ दियो जी जान दियो जिद्दे जांदी है झोटी नूं जान दियो झोटी नंबर 2 है जी ए भाई इहदे पीछे कटया जी ए कल सोई है गलबन बिल्कुल ताजा सोई हुई है आओ जी जाद भाई कल सोई है जी जस भाई ए जेडी झोटी हुण विखाई झोटी नंबर 2 जी भाई इंदा की हिसाब किताब है कदों सोई है की मामलात ने ते इस टाइम बोला किन्ना है ए जी कल सोई है अच्छा इंदा 4 एक सिर बोला कड्डा है अच्छा ते दुई चवाई इंदी हुण होणी है दूजी हुण होणी हां जी दूजी हुण ते ए मतलब कल दा की मतलब है कल शाम नु सोई है कल सुबह सोई आज सुबह जी सुबह आज सुबह मतलब रात नु जी रात सोई है रात बच्चा लेंदा लोंदा फिरा है अच्छा सुबह चोई है नारा नु कड्डा है ते दूसरी चवाई हुण करनी है अच्छा हुण ए दसो के मोहब्बत प्यार वाला जेड़ा दा मुल्ल है ओ की ਮਕੂਲ ਮੁੱਲ ਜੀ ਇਹਦਾ 2,05,000 ਰੁਪਏ 2,05,000 ਇਹਦੇ ਚ ਕੋ ਲਾੜ ਪਿਆਰ ਮਾੜਾ ਮੋਟਾ ਹੋ ਜਾਏ ਹੋ ਜਾਏਗਾ ਹੁਣ ਬੋਲਾ ਕਿੰਨਾ ਕਰਦੀ ਵੀ ਪਤਾ ਨਹੀਂ ਕਰਾ ਲਓ ਨਾ ਤੁਸੀਂ 5000 ਤੁਹਾਨੂੰ ਛੱਡ ਦੇਣੇ ਆ 2 ਲੱਖ ਪੱਕਾ ਹਾਂ 2 ਲੱਖ ਹੋ ਜਾਏਗਾ ਕੋ ਲਾੜ ਪਿਆਰ ਹੋਰ
नीली बार दी मझा अपना देश पंजाब टीवी दी जिनत और तोड़ी दी हमेशा एक अच्छी कोशिश सत्त ही गड्डी मोर बाइक है ग्रां अंदर खर वीडियो लाम पवाना वंदा घर अपना ये कैमरा लाद पर विखा लो अच्छा ए भजन ए भाई इजाज दी ये अपना जमीन है सारी पहली आदी सो तो उत्थे माल परले पासों कढ़ के इस पासे लायक बन्ना खुली हवा ते रात ठंडी हो जांदी ते मतलब बड़ा अच्छा लगता है इस करके ते जनाब उम्मीद है अज वाली जिहड़ी वीडियो है बेहद लाजवाब लगेगी अपना बहुत सारा ख्याल रखिया जे मिलांगे अच्छे और बेहतरीन वीडियो नाल अल्लाह ने